ਬਜਟ ਦੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਵੱਡੀ ਡੀਂਗ ਪੱਟੀ ਹੈ ਅਤੇ 1,54,000 ਕਰੋੜ ਦਾ ਜਿਹੜਾ ਬਜਟ ਪੇਸ਼ ਕੀਤਾ, ਹਰੇਕ ਵਰਗ ਨੂੰ ਬਰਾਬਰ ਦੇਖਿਆ। ਸਾਡੇ ਨਾਲ ਵਿਰੋਧੀ ਪਾਰਟੀ ਕੰਨੀਓ, ਆਮ ਆਦਮੀ ਪਾਰਟੀ ਕੰਨੀਓ ਰੁਪਿੰਦਰ ਰੂਬੀ ਹੈਗੇ ਨੇ। ਰੂਬੀ ਜੀ, ਪਹਿਲਾਂ ਤਾਂ ਸਮਾਜਿਕ, ਤੁਸੀਂ ਆਪ ਮਹਿਲਾ ਹੋ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਦੀ ਗੱਲ ਕੀਤੀ ਜਾਵੇ, 1,000 ਕਰੋੜ ਰੁਪਏ ਰੱਖਿਆ ਤਾਂ ਹੈਗਾ, ਪਹਿਲਾਂ ਤੁਸੀਂ ਕਿਸ ਤਰ੍ਹਾਂ ਦੀ ਪਰਫੋਰਮੈਂਸ ਦੇਖਦੇ ਹੋ ਡਿਪਾਰਟਮੈਂਟ ਦੀ ਅਤੇ ਅੱਗੇ ਉਸਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਕਿ ਚੰਗੀ ਹੋ ਸਕੇਗੀ? ਦੇਖੋ, ਅਸੀਂ ਤਾਂ 3 ਸਾਲਾਂ ਤੋਂ ਇਹੀ ਦੇਖ ਰਹੇ ਹਾਂ, ਇਹੀ ਬਜਟ ਪੇਸ਼ ਕੀਤਾ ਜਾ ਰਿਹਾ, ਉਹੀ 3-4 ਸਾਲ ਚੌਥਾ ਬਜਟ ਪੇਸ਼ ਕੀਤਾ ਗਿਆ, ਉਹਦੇ ਵਿੱਚ ਵੀ ਉਹੀ ਕੁਛ ਹੈ। ਇਹਨਾਂ ਨੇ ਇਸਤਰੀਆਂ ਲੇਡੀਜ਼ ਲਈ ਕਿਹਾ ਸੀ ਕਿ ਸ਼ਗਨ ਸਕੀਮ ਅਸੀਂ 51,000 ਕਰਾਂਗੇ, ਜਿਹੜੀ ਕਿ 3 ਸਾਲਾਂ ਬਾਅਦ ਵੀ 21,000 ਹੀ ਹੈ। ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਕੈਗ ਦੀ ਰਿਪੋਰਟ ਦੇ ਮੁਤਾਬਕ ਆਪਣੇ ਪੰਜਾਬ ਦੇ ਹਰ ਬੰਦੇ ਦੇ ਸਿਰ 'ਤੇ 70,000 ਦਾ ਕਰਜ਼ਾ ਹੈ, ਅਤੇ ਜੇ ਇਹਨਾਂ ਨੂੰ 21,000 ਮਿਲ ਰਿਹਾ ਸ਼ਗਨ ਸਕੀਮ ਦੇ ਤਹਿਤ, ਯਾਨੀ ਕਿ ਆਲਰੇਡੀ ਉਹ ਕਰਜ਼ਾਈ ਹੈ, ਪੈਦਾ ਹੁੰਦਾ ਹੀ ਇੱਕ ਬੱਚਾ ਕਰਜ਼ਾਈ ਹੈ ਆਲਰੇਡੀ, ਫਿਰ ਇਹਨਾਂ ਨੇ ਸਿੱਖਿਆ ਦਾ ਕਿੰਨਾ ਬਜਟ ਕੀਤਾ? 8% ਕੀਤਾ, ਹਾਲਾਂਕਿ 26% ਦਿੱਲੀ ਦੇ ਵਿੱਚ ਸਿੱਖਿਆ ਦਾ ਬਜਟ ਹੈ। ਸੋ ਸਿੱਖਿਆ ਦੇ ਮਾਮਲੇ 'ਚ ਵੀ ਇਹਨਾਂ ਦਾ ਬਜਟ ਫੇਲ ਹੈ। ਸਿੱਖਿਆ 'ਚ ਕਿਹਾ ਕਿ ਸਾਰੇ ਜਿੰਨੇ ਵੀ ਹੈਗੇ ਨੇ ਮੈਕਸੀਮਮ ਜਿਹੜੀਆਂ ਕਲਾਸਿਸ ਨੇਗੀਆਂ ਉਹ ਸਮਾਰਟ ਕਲਾਸਿਸ ਕਰਦੀਆਂ ਦਿੱਤੀਆਂ ਜਾਣਗੀਆਂ, ਡਿਜੀਟਲ ਉਹਨਾਂ ਦੇ ਵਿੱਚ ਡਿਜੀਟਲਾਈਜੇਸ਼ਨ ਹੋ ਜਾਏਗੀ, ਉਹਦੇ ਵਾਸਤੇ ਅਲੱਗ ਬਜਟ ਰੱਖਿਆ ਹੈਗਾ ਉਹਨਾਂ ਨੇ। ਜੇ ਸਰਕਾਰ ਖੁਦ ਕਰੂਗੀ ਸਟੇਟ ਫੰਡ ਨਾਲ, ਫਿਰ ਤਾਂ ਅਸੀਂ ਮੰਨਾਂਗੇ ਕਿ ਹਾਂ ਸਮਾਰਟ ਸਕੂਲ ਬਣਾ ਦੇਣਗੇ। ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਇਹ ਖੁਦ ਤਾਂ ਬਣਾ ਨਹੀਂ ਰਹੇ, ਇਹ ਸਮਾਰਟ ਸਕੂਲ ਦਾ ਨਾਮ ਦੇ ਰਹੇ ਆ। ਤੁਸੀਂ ਦੇਖਿਓ, ਹਰੇਕ ਸਕੂਲ ਦੇ ਉੱਪਰ ਨਾ ਜਾ ਕੇ ਸੈਲਫ ਮੇਡ ਲਿਖਿਆ ਹੁੰਦਾ, ਉਹ ਸੈਲਫ ਮੇਡ ਕਿਉਂ ਲਿਖਿਆ ਹੁੰਦਾ? ਕਿਉਂਕਿ ਉਹ 'ਚ ਪੈਸਾ ਲੋਕਾਂ ਦਾ ਲੱਗਦਾ, ਜਿਹੜੇ ਟੀਚਰ ਨੇ, ਮੁਲਾਜ਼ਮ ਨੇ ਬੰਦੇ, ਉਹ ਘਰ ਘਰ ਜਾ ਕੇ ਲੋਕਾਂ ਤੋਂ ਪਿੰਡਾਂ 'ਚ ਜਾ ਕੇ ਪੈਸੇ ਮੰਗਦੇ ਨੇ। ਇਹ 'ਚ ਲੋਕਾਂ ਦਾ ਪੈਸਾ ਲੱਗਿਆ ਹੁੰਦਾ, ਇਹ 'ਚ NGO ਦਾ ਲੱਗਿਆ ਹੁੰਦਾ, ਜਾਂ ਫਿਰ ਜਦੋਂ ਅਸੀਂ ਜਾਂਦੇ ਹਾਂ ਤਾਂ ਸਾਡੇ ਤੋਂ ਵੀ ਡਿਮਾਂਡ ਕਰਦੇ ਹੈਗੇ ਤੁਸੀਂ ਸਾਡੀ ਹੈਲਪ ਕਰੋ, ਜਾਂ ਟੀਚਰਾਂ ਦਾ ਖੁਦ ਪੈਸਾ ਲੱਗਿਆ ਹੁੰਦਾ ਕਿ ਤੁਸੀਂ LCDs ਲੈ ਕੇ ਆਓ, ਤੁਸੀਂ ਪੇਂਟ ਕਰੋ ਸਕੂਲ, ਤੁਸੀਂ ROs ਲਗਾਓ, ਤਾਂ ਇਹਨਾਂ ਦਾ ਤਾਂ ਕੋਈ ਬਜਟ ਵੀ ਨਹੀਂ ਲੱਗਿਆ ਹੁੰਦਾ। ਇਹ ਤਾਂ ਸੈਲਫ ਮੇਡ ਸਕੂਲ ਨੇ, ਕਿਹੜੇ ਸਮਾਰਟ ਸਕੂਲ ਦੀ ਗੱਲ ਕਰਦੇ ਆ? ਕਿਵੇਂ ਦੇਖਦੇ ਆ? ਉਹਨਾਂ ਨੇ ਕਿਹਾ ਕਿ ਜਿਹਨਾਂ ਕੋਲ ਕਿਸਾਨ ਨਹੀਂ, ਜਿਹੜੇ ਕਿਸਾਨਾਂ ਕੋਲ ਜ਼ਮੀਨ ਨਹੀਂ ਹੈਗੀ, ਯਾਨੀ ਕਿ ਕਿਸਾਨ ਮਜ਼ਦੂਰ ਇਕੱਠੇ ਆ ਜਾਂਦੇ ਨੇ, ਉਹ ਕਿ ਉਹਨਾਂ ਨੂੰ ਅਸੀਂ ਇਸ ਵਾਰੀ ਤਜਵੀਜ਼ 'ਚ ਸ਼ਾਮਿਲ ਕਰ ਲਿਆ? ਦੇਖੋ, ਇਹਨਾਂ ਨੇ ਬਜਟ ਦੇ ਵਿੱਚ ਕਰਜ਼ਾ ਮਾਫੀ ਦੀ ਗੱਲ ਕਹੀ ਹੈ, 3 ਸਾਲ ਹੋਣ ਨੂੰ ਆ ਗਏ। ਇਹਨਾਂ ਨੇ ਕਿਹਾ ਸੀ ਕਿ ਅਸੀਂ ਹਰ ਕਿਸਾਨ ਦਾ, ਚਾਹੇ ਸੁਸਾਇਟੀਆਂ ਦਾ, ਚਾਹੇ ਬੈਂਕਾਂ ਦਾ, ਚਾਹੇ ਆੜ੍ਹਤੀਆਂ ਦਾ, ਸਾਰਾ ਕਰਜ਼ਾ ਮਾਫ਼ ਕਰਾਂਗੇ। ਉਸ ਸ਼੍ਰੇਣੀ 'ਚ ਤਾਂ ਆਏ ਨਹੀਂ ਹੈ ਹਾਲੇ ਤੱਕ। 5 ਏਕੜ ਵਾਲੇ ਅਤੇ 2.5 ਏਕੜ ਵਾਲੇ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ, 3 ਸਾਲ ਹੋਣ ਨੂੰ ਆ ਗਏ। ਮੈਂ ਆਪਦੇ ਬਠਿੰਡੇ ਜ਼ਿਲ੍ਹੇ ਦੀ ਗੱਲ ਕਰਦੀ ਹਾਂ, ਕਿਸਾਨ ਤਕਰੀਬਨ 5,000 ਦੇ ਕਰੀਬ ਕਿਸਾਨ ਹੋਣਗੇ ਜਿਨ੍ਹਾਂ ਦਾ ਕਰਜ਼ਾ ਮਾਫ਼ ਨਹੀਂ ਹੋਇਆ, ਜਿਹੜੇ ਕਿ 5 ਏਕੜ ਤੋਂ ਘੱਟ ਜਾਂ 2.5 ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਨੇ। ਉਹਨਾਂ ਨੇ ਆਪਦੇ ਜ਼ਮੀਨ ਦੇ ਕਾਗਜ਼ ਵੀ ਲਗਾ ਤੇ, SDM ਸਾਹਿਬ ਨੂੰ ਜਮ੍ਹਾਂ ਵੀ ਕਰਵਾ ਤੇ, ਅਤੇ 2 ਸਾਲ ਹੋ ਗਏ ਹਾਲੇ ਤੱਕ ਉਹਨਾਂ ਦਾ ਪੈਸਾ ਨਹੀਂ ਹੋਇਆ। ਇਹ ਕਿਹੜੇ ਕਰਜ਼ਾ ਮਾਫ਼ੀ ਦੀ ਗੱਲ ਕਰਦੇ? ਐਲਾਨਾਂ ਤੱਕ ਹੀ ਸੀਮਤ ਹੈ। ਮੈਂ ਕਹਿੰਦੀ ਹਾਂ ਐਲਾਨ ਕਰ ਰਹੇ, ਹਾਂ ਐਲਾਨ ਤੋਂ ਯਾਦ ਆਇਆ ਇੱਕ ਗੱਲ, ਮੈਂ ਲਾਸਟ 'ਤੇ ਕਹਿਣਾ ਚਾਹੂੰਗੀ, ਐਲਾਨ ਦੀ ਗੱਲ ਤੁਸੀਂ ਕੀਤੀ ਹੈ, ਮੈਂ ਕਹਿਣਾ ਚਾਹੂੰਗੀ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ। ਤੁਸੀਂ ਦੇਖਿਆ ਹੋਣਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਜੀ ਨੇ ਜਦੋਂ ਬਜਟ ਬੋਲ ਰਹੇ ਸੀ, ਇਕੱਲੇ ਇਕੱਲੇ ਆਪਦੇ ਸਰਕਾਰ ਦੇ MLA ਦਾ ਨਾਮ ਲੈ ਰਹੇ ਸੀ, ਹਾਂਜੀ ਨਾਗਰਾ ਜੀ ਤੁਹਾਨੂੰ ਇੰਨਾ ਦਿੱਤਾ, ਹਾਂਜੀ ਚੰਨੀ ਜੀ ਇੰਨਾ, ਹਾਂਜੀ OP ਸੋਨੀ ਜੀ, ਮਤਲਬ ਅੰਨਾ ਵੰਡੇ ਰੋੜੀਆਂ। ਤੁਸੀਂ ਦੇਖ ਲਿਓ ਬਜਟ ਦੇ ਵਿੱਚ, ਤੁਸੀਂ ਕਾਪੀ ਲੈ ਲਿਓ, ਵਿਰੋਧੀ ਧਿਰ ਦੇ ਇੱਕ ਵੀ ਹਲਕੇ ਦਾ ਨਾਮ ਨਹੀਂ ਹੈ, ਆਪਦਿਆਂ ਨੂੰ ਦਿੱਤਾ। ਸੋ ਸਾਡੇ ਲਈ ਇਹ ਬਜਟ 0 ਹੈ। ਕਿਹਾ ਜਾ ਸਕਦਾ ਕਿ ਜਿਸ ਤਰ੍ਹਾਂ ਦੇ ਨਾਲ ਐਲਾਨ ਬੇਸ਼ੱਕ ਕਰੇ ਨੇ ਵਿੱਤ ਮੰਤਰੀ ਨੇ, ਇਹ ਗੱਲ ਕਹੀ ਹੈ ਕਿ ਹਰ ਇੱਕ ਖੇਤਰ ਨੂੰ ਦੇਖਿਆ ਗਿਆ ਹੈਗਾ, ਕਿਉਂਕਿ ਵਿੱਤ ਮੰਤਰੀ ਵਾਸਤੇ ਸਾਰਾ ਪੰਜਾਬ ਇਕੁਲ ਹੁੰਦਾ, ਪਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਪਿੱਛੇ ਛੱਡ ਕੇ ਜਿਹੜਾ ਕਿ ਬਾਕੀ ਵਿਧਾਇਕਾਂ ਨੂੰ ਗੱਫੇ ਦਿੱਤੇ ਗਏ ਨੇ। ਵੀਡੀਓ ਜਰਨਲਿਸਟ ਸੰਦੀਪ ਦੇ ਨਾਲ ਸੁਮੀ ਜੋਸ਼ੀ, ਜਨਤਾ TV, ਚੰਡੀਗੜ੍ਹ।